ਕਲਿਆਣ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬਠਿੰਡਾ ਦੇ ਵਿੱਚ ਆਲ ਇੰਡੀਆ ਆਂਗਨਵਾੜੀ ਯੂਨੀਅਨ ਦੇ ਵੱਲੋਂ ਇੱਕ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਹੈ, ਜਿਸ ਮੀਟਿੰਗ ਦੇ ਵਿੱਚ ਤਮਾਮ ਮੰਗਾਂ ਨੂੰ ਲੈ ਕੇ ਚਰਚਾ ਹੋਈ ਹੈ। ਦਰਅਸਲ ਆਂਗਨਵਾੜੀ ਵਰਕਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਇੱਕ ਤਾਂ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਦੂਜਾ ਜਿਹੜਾ ਉਹਨਾਂ ਦੀਆਂ ਕੈਜੂਅਲ ਛੁੱਟੀਆਂ ਨੇ ਹੁਣ ਉਹ ਵੀ ਬੰਦ ਕਰ ਦਿੱਤੀਆਂ ਗਈਆਂ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਦੀ ਕੋਈ ਲੋੜ ਪੈਂਦੀ ਹੈ ਤਾਂ ਛੁੱਟੀ ਉਹ ਪਿਛਲੇ 40 ਸਾਲਾਂ ਤੋਂ ਲੈਂਦੇ ਆਏ ਨੇ ਅਤੇ ਕਿਸੇ ਵੀ ਸਰਕਾਰ ਦੇ ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ, ਪਰ ਹੁਣ ਅਜਿਹੇ ਹੁਕਮ ਜਾਰੀ ਕੀਤੇ ਜਾ ਰਹੇ ਨੇ ਜਿਸ ਨਾਲ ਕਿ ਉਹਨਾਂ ਦੇ ਵਿੱਚ ਕਾਫੀ ਰੋਸ ਹੈ। ਇਸ ਦੇ ਨਾਲ ਹੀ ਇਹਨਾਂ ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਜਿੱਥੇ ਜਿਹੜਾ ਖਾਣ ਦਾ ਸਮਾਨ ਭੇਜਿਆ ਜਾ ਰਿਹਾ ਉਹਨਾਂ ਦੀ ਕੁਆਲਿਟੀ ਬੇਹੱਦ ਘਟੀ ਹੈ, ਜੋ ਕਿ ਲਾਭਪਾਤਰੀਆਂ ਦੇ ਖਾਣਯੋਗ ਵੀ ਨਹੀਂ ਹੈ। ਅਤੇ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਹੁਣ 3 ਜਾਂ 3.5 ਸਾਲ ਦੇ ਬੱਚੇ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰ ਲਿਆ ਜਾਂਦਾ ਹੈ ਅਤੇ ਇਸ ਦੇ ਨਾਲ ਜਿਹੜੇ ਬੱਚੇ ਨੇ ਉਹ ਆਂਗਣਵਾੜੀ ਕੇਂਦਰਾਂ ਦੇ ਵਿੱਚ ਨਹੀਂ ਆ ਰਹੇ, ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਦਰਅਸਲ ਹੋਰ ਵੀ ਕਈ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਦੇ ਵੱਲੋਂ ਸੂਬਾ ਪੱਧਰੀ ਬੈਠਕ ਦੇ ਵਿੱਚ ਚਰਚਾ ਕੀਤੀ ਗਈ ਹੈ। 30 ਮਈ ਨੂੰ ਇਸੇ ਨੂੰ ਲੈ ਕੇ ਡਾਇਰੈਕਟਰ ਅਤੇ ਮੰਤਰੀਆਂ ਨੂੰ ਇੱਕ ਚਿੱਠੀ ਭੇਜੀ ਜਾਣੀ ਹੈ ਅਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਇੱਕ ਹਫ਼ਤੇ ਦੇ ਵਿੱਚ ਹੱਲ ਨਹੀਂ ਹੁੰਦਾ ਤਾਂ 27 ਮਈ ਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ MLAs ਨੇ ਵਿਧਾਇਕ ਨੇ ਉਹਨਾਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ। ਤਾਂ ਚੇਤਾਵਨੀ ਦਿੱਤੀ ਗਈ ਹੈ ਕਿ 20 ਤਰੀਕ ਨੂੰ ਨੋਟਿਸ ਭੇਜੇ ਜਾਣਗੇ ਡਾਇਰੈਕਟਰ ਅਤੇ ਮੰਤਰੀਆਂ ਨੂੰ, ਜੇਕਰ ਫਿਰ ਵੀ ਇੱਕ ਹਫ਼ਤੇ ਦੇ ਵਿੱਚ ਹੱਲ ਨਹੀਂ ਹੁੰਦਾ ਤਾਂ 27 ਮਈ ਤੋਂ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੋਵੇਗੀ। ਅੱਜ ਦੀ ਮੀਟਿੰਗ ਸਿਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਮੀਟਿੰਗ ਕੀਤੀ ਹੈ ਅਸੀਂ, ਅਤੇ ਇਹਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਜਿਹੜਾ ਸਰਕਾਰ ਸਾਡੇ 'ਤੇ 2 ਤਰਫਾ ਹਮਲਾ ਕਰ ਰਹੀ ਹੈ, ਇੱਕ ਤਾਂ ਹਮਲਾ ਸਾਡੇ 'ਤੇ ਹੈਗਾ ਵੀ ਸਾਡੇ ਜਿਹੜੇ ਤਨਖਾਹਾਂ ਨਹੀਂ ਨਿਕਲ ਰਹੀਆਂ ਸਮਾਜ ਭਲਾਈ ਬੋਰਡ ਦੀਆਂ, 9 ਮਹੀਨੇ ਦੀ ਵਰਕਰ ਹੈਲਪਰ ਦੀ ਤਨਖਾਹ ਹੋ ਗਈ, ਬਾਲ ਭਲਾਈ ਕੌਂਸਲ ਦਾ 1.5-1.5 ਸਾਲ ਦਾ ਰੈਂਟ ਹੋ ਗਿਆ, ਅਤੇ ਦੂਜੀਆਂ ਜਿਹੜੀਆਂ ਵਰਕਰਸ ਹੈਗੀਆਂ ਉਹਨਾਂ ਦੇ CBE ਦੇ ਪੈਸੇ, ਯਾਨੀ ਕਿ ਸਾਡੀਆਂ ਜਿਹੜੇ ਨਾ ਸਾਨੂੰ ਸਮਾਰਟਫੋਨ ਦਿੱਤੇ ਗਏ ਆ। ਨਾਲ ਹੀ ਜਿਹੜਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਰਾਸ਼ਨ ਆ ਰਿਹਾ ਹੈਗਾ, ਬਹੁਤ ਉਹਦੀ ਕੁਆਲਿਟੀ ਬਹੁਤ ਜ਼ਿਆਦਾ ਘਟੀਆ ਹੈਗੀ ਹੈ, ਜਿਹਨੂੰ ਲੈ ਕੇ ਅਸੀਂ ਕਹਿ ਰਹੇ ਹੈਗੇ ਕਿ ਇਹਨੂੰ ਚੇਂਜ ਕਰੋ, ਇਸ ਰਾਸ਼ਨ ਚੱਕ ਕੇ ਲੈ ਜਾਓ, ਇਹ ਲਾਭਪਾਤਰੀਆਂ ਦੇ ਖਾਣ ਵਾਲਾ ਨਹੀਂ ਹੈਗਾ। ਸੋ ਇੱਕ ਤਾਂ ਮੁੱਦਾ ਸਾਡਾ ਇਹ ਚੱਲ ਹੀ ਰਿਹਾ ਸੀਗਾ, ਉੱਤੋਂ ਸਰਕਾਰ ਨੇ ਸਾਡੇ 'ਤੇ ਹੋਰ ਹਮਲਾ ਕਰਤਾ 2 ਦਿਨ ਪਹਿਲਾਂ ਕਿ ਜਿਹੜੀਆਂ ਅਸੀਂ ਛੁੱਟੀਆਂ ਲੈਂਦੇ ਸੀ, ਸਰਕਾਰ ਨੇ ਕਹਿਤਾ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਕੈਜੂਅਲ ਲੀਵ ਆ ਉਸ ਤੋਂ ਵੱਧ ਤੁਸੀਂ ਛੁੱਟੀ ਨਹੀਂ ਲੈ ਸਕਦੇ, ਅਤੇ ਹੁਣ ਜੇ ਸਾਨੂੰ ਲੋੜ ਹੈਗੀ ਅਸੀਂ 20 ਕੈਜੂਅਲ ਲੀਵ ਲੈ ਚੁੱਕੇ ਹਾਂ, ਸਾਡੇ ਘਰੇ ਕੋਈ ਐਮਰਜੈਂਸੀ ਹੋ ਗਈ ਜਾਂ ਕੁਛ, ਅਸੀਂ ਵਿਦਾਊਟ ਪੇ ਛੁੱਟੀ ਲੈਂਦੇ ਸੀ, ਪਿਛਲੇ 40 ਸਾਲ ਤੋਂ ਅਸੀਂ ਛੁੱਟੀਆਂ ਲੈ ਰਹੇ ਹੈਗੇ, ਕਦੇ ਕਿਸੇ ਸਰਕਾਰ ਨੇ ਛੁੱਟੀਆਂ ਬੰਦ ਨਹੀਂ ਕੀਤੀਆਂ ਸੀ, ਇਹਨਾਂ ਨੇ ਸਾਡੀਆਂ ਛੁੱਟੀਆਂ ਬੰਦ ਕਰਤੀਆਂ, ਅਸੀਂ ਉਹ ਲੈਟਰ ਦਾ ਵਿਰੋਧ ਕਰ ਰਹੇ ਹਾਂ ਵੀ ਉਹ ਲੈਟਰ ਜਿਹੜੀ ਹੈਗੀ ਆ ਉਹਨੂੰ ਵਾਪਸ ਲਓ। ਦੂਜਾ ਅਸੀਂ ਮੰਗ ਕਰ ਰਹੇ ਹਾਂ ਵੀ ਜਿਹੜੇ ਆਂਗਣਵਾੜੀ ਕੇਂਦਰ ਹੈ, 27,000 ਆਂਗਣਵਾੜੀ ਕੇਂਦਰ ਹੈ ਪੰਜਾਬ 'ਚ, 10,000 ਆਂਗਣਵਾੜੀਆਂ ਦੀ ਬਿਲਡਿੰਗ ਹੈ, 17,000 ਦੀ ਬਿਲਡਿੰਗ ਨਹੀਂ ਹੈਗੀ, ਉਹ 17,000 ਕਿੱਥੇ ਜਾਣਗੀਆਂ? ਜਿਹੜੇ ਆਂਗਣਵਾੜੀ ਕਹਿੰਦੇ 2 ਲੱਗਦੇ ਆ ਉਹਨਾਂ ਨੂੰ ਅੱਡ ਅੱਡ ਕਰੋ, ਇੱਥੇ ਤਾਂ ਆਂਗਣਵਾੜੀ 4-4 ਵੀ ਲੱਗ ਰਹੇ ਆ, ਪਹਿਲਾਂ ਉਹਨਾਂ ਨੇ ਖੁਦ ਹੀ ਲਵਾਏ ਹੈਗੇ ਕਿ ਆਂਗਣਵਾੜੀ ਸਕੂਲਾਂ 'ਚ ਲੈ ਜਾਓ ਚੱਕ ਕੇ, ਅਤੇ ਸਕੂਲ ਦੇ ਵਿੱਚ 4-4 ਆਂਗਣਵਾੜੀ ਲੱਗ ਰਹੇ ਆ, ਉਹ ਆਂਗਣਵਾੜੀ ਉਹ ਕਿੱਥੇ ਜਾਣਗੇ ਹੁਣ? ਕਿਉਂਕਿ ਜਿਹੜੀਆਂ ਧਰਮਸ਼ਾਲਾਵਾਂ 'ਚ ਜਾਂ ਕਿਤੇ ਲੱਗਦੇ ਸੀ ਉਹ ਤਾਂ ਸਾਰਿਆਂ ਨੇ ਆਪਦੀਆਂ ਰੋਕ ਲਈਆਂ ਰੈਨੋਵੇਸ਼ਨ ਕਰਕੇ, ਅਗਲੇ ਨੇ ਉਹ ਸਾਰਾ ਆਪਦਾ ਸੈਟਅਪ ਬਣਾ ਲਿਆ। ਸੋ ਆਂਗਣਵਾੜੀਆਂ ਲਈ ਕੋਈ ਇਹਨਾਂ ਨੇ ਬਿਲਡਿੰਗ ਨਹੀਂ, ਕੋਈ ਥਾਂ ਨਹੀਂ, ਅਸੀਂ ਉਹ ਵੀ ਕਹਿੰਦੇ ਵੀ ਲੈਟਰ ਵਾਪਸ ਲਓ, ਅਸੀਂ ਜਿੱਥੇ ਆਂਗਣਵਾੜੀ ਚਲਾ ਰਹੇ ਹਾਂ ਸਾਨੂੰ ਚਲਾਉਣ ਦਿਓ। ਇੱਕ ਆਂਗਣਵਾੜੀਆਂ ਦੇ ਇਹਨਾਂ ਦੇ ਬੱਚੇ ਕਾਂਗਰਸ ਨੇ ਪਹਿਲਾਂ ਖੋਲ੍ਹੇ, ਇਹਨਾਂ ਨੇ ਵਾਪਸ ਨਹੀਂ ਕੀਤੇ, ਇਹਨਾਂ ਨੇ ਉੱਤੋਂ ਹੋਰ ਲੈਟਰ ਕੱਢ ਦਿੱਤੀ ਵੀ 3 ਸਾਲ ਦਾ ਬੱਚਾ ਵੀ ਤੁਸੀਂ ਜਿਹੜਾ ਹੈਗਾ ਉਹਨੂੰ ਸਕੂਲ 'ਚ ਬਹਾ ਲਓ, ਸਰਕਾਰੀ ਸਕੂਲ 'ਚ 3 ਸਾਲ ਦਾ ਬੱਚਾ ਵੀ 3.5 ਸਾਲ ਦਾ ਹੀ ਦਾਖਲ ਹੋ ਗਿਆ। ਸੋ ਅਸੀਂ ਬੱਚੇ ਵਾਪਸ ਮੰਗ ਰਹੇ ਹਾਂ ਵੀ ਆਂਗਣਵਾੜੀਆਂ ਦਾ ਤਾਂ ਇਹਨਾਂ ਨੇ ਸਤਿਆਨਾਸ਼ ਮਾਰਤਾ। ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਐਕਸ਼ਨ ਉਹ ਲਿਖਿਆ ਹੈਗਾ ਵੀ ਜਿਹੜਾ ਕਮਿੰਗ 27 ਤਰੀਕ ਸੋਮਵਾਰ ਅਸੀਂ ਸਾਰੇ MLA ਦੇ ਘਰਾਂ ਦਾ ਘਿਰਾਓ ਕਰਾਂਗੇ ਅਤੇ ਉਹਨਾਂ ਨੂੰ ਅਸੀਂ ਲੈਟਰ ਦੇਵਾਂਗੇ, ਉਸ ਤੋਂ ਪਹਿਲਾਂ ਕੱਲ੍ਹ ਵਾਲਾ ਜਿਹੜਾ ਹੈ ਸੋਮਵਾਰ 20 ਤਰੀਕ ਨੂੰ ਅਸੀਂ ਨੋਟਿਸ ਭੇਜਾਂਗੇ ਡਾਇਰੈਕਟਰ ਨੂੰ ਅਤੇ ਮੰਤਰੀ ਨੂੰ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਲੈਟਰ ਵਾਪਸ ਲੈ ਲੈਣੇ, ਅਸੀਂ MLA ਦੇ ਘਰਾਂ ਸਾਹਮਣੇ ਧਰਨੇ ਲਾਵਾਂਗੇ। ਨੋਟਿਸ ਕੱਢਿਆ ਗਿਆ ਸੀ
ਪੰਜਾਬ ਸਰਕਾਰ ਮੈਨੂੰ ਰੋਜ਼ ਹੀ ਨੋਟਿਸ ਕੱਢਦੀ ਹੈ, ਪਹਿਲਾਂ ਨਹੀਂ ਕੱਢਿਆ, ਇਹ ਲਗਾਤਾਰ ਜਦੋਂ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬਣੀ ਹੈ, ਇਹਨਾਂ ਵੱਲੋਂ ਹਰ ਰੋਜ਼ ਮੈਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨੋਟਿਸ ਕੱਢੇ ਜਾਂਦੇ ਆ ਅਤੇ ਮੈਂ ਉਹਨਾਂ ਨੋਟਿਸਾਂ ਦਾ ਜਵਾਬ ਦੇ ਦਿੰਦੀ ਹਾਂ। ਜੇ ਬੇਹੁਦੇ ਨੋਟਿਸ ਹੁੰਦੇ ਆ ਜਿਨ੍ਹਾਂ ਦਾ ਕੋਈ ਸਿਰ ਨਹੀਂ ਕੋਈ ਪੈਰ ਨਹੀਂ, ਬੇਸਲੈਸ ਗੱਲਾਂ ਕਰਦੇ ਆ ਹੈਗੇ, ਜਿਹੜਾ ਸਾਡਾ ਰਾਈਟ ਆ ਉਹਨੂੰ ਇਹ ਕਿਵੇਂ ਖੋ ਸਕਦੇ ਹੈਗੇ, ਜਿਹੜਾ ਜਿਹੜਾ ਰਾਈਟ ਸਾਡਾ ਐਜ਼ ਏ ਹਿਊਮਨ ਹੈਗਾ ਉਹਨੂੰ ਨਹੀਂ ਖੋ ਸਕਦੇ, ਅਸੀਂ ਇੰਪਲਾਈ ਨਹੀਂ ਹੈਗੇ, ਅਸੀਂ ਸੋਸ਼ਲ ਵਰਕਰ ਹੈਗੇ ਹਾਂ। ਅਤੇ ਇਸ ਕਰਕੇ ਜਿਹੜਾ ਇਹ ਸਰਕਾਰ ਮੈਨੂੰ ਡਰਾਉਣਾ ਚਾਹੁੰਦੀ ਹੈ, ਦਬਾਅ ਬਣਾਉਣਾ ਚਾਹੁੰਦੀ ਹੈ ਮੇਰੇ 'ਤੇ ਤਾਂ ਜੋ ਮੈਂ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਨਾ ਕਰ ਸਕਾਂ, ਪਾਰਟੀ ਦਾ ਪ੍ਰਚਾਰ ਨਾ ਕਰ ਸਕਾਂ। ਇਹ ਸਾਰੇ ਹੱਥ ਕੰਡੇ ਇਹਨਾਂ ਦੇ ਰੋਕਣ ਦੇ ਹੈਗੇ ਆ, ਪਰ ਮੈਂ ਇਹਨਾਂ ਤੋਂ ਡਰਨ ਵਾਲੀ ਨਹੀਂ ਹੈਗੀ। ਦੇਖੋ ਮੈਂ ਜੇ ਦੂਜੀਆਂ ਯੂਨੀਅਨ ਹੈਗੇ ਨਾ, ਪਹਿਲਾਂ ਤਾਂ ਤੁਸੀਂ ਇਹ ਗੱਲ ਸਮਝੋ, ਉਹ ਸੀਪੀਆਈ ਨਾਲ ਰਿਲੇਟਡ ਹੈ, ਸੀਪੀਐਮ ਨਾਲ ਕੀ ਉਹ ਰਾਜਨੀਤੀ ਨਹੀਂ, ਅਕਾਲੀ ਦਲ ਦੀ ਰਾਜਨੀਤੀ ਰਾਜਨੀਤੀ ਹੈ, ਜੇ ਕੋਈ ਦੂਜੀ ਪਾਰਟੀ ਉਹਦੀ ਕੋਈ ਰਾਜਨੀਤੀ ਨਹੀਂ ਹੈਗੀ, ਕਾਂਗਰਸ ਦੀਆਂ ਵੀ ਮੈਂਬਰ ਹੈਗੀਆਂ ਆਂਗਨਵਾੜੀ ਵਰਕਰਾਂ ਦਾ। ਸੋ ਪਹਿਲਾਂ ਮੇਰੇ ਤੇ ਨਿਸ਼ਾਨਾ ਨਾ ਕਰੋ, ਵੀ ਜੇ ਮੈਂ ਅਕਾਲੀ ਦਲ ਹੀ ਸਾਰਿਆਂ ਨੂੰ ਦਿਸਦਾ ਹੈਗਾ, ਹੋਰ ਪਾਰਟੀਆਂ ਵੀ ਦੇਖੋ ਵੀ ਉੱਥੇ ਵੀ ਝਾੜੂ ਚ ਵੀ ਤਾਂ ਕਰ ਰਹੀਆਂ ਨਾ ਆਂਗਨਵਾੜੀ ਵਰਕਰ ਕੰਮ। ਸੋ ਏਦਾਂ ਇਹ ਕੋਈ ਗੱਲ ਨਹੀਂ।